ਹਾਂਜੀ ਆ ਜਾਓ, ਤੈਨੂੰ ਅੱਜ ਦੇ ਆ ਫਿਰ ਲੋਕਾਂ ਨੂੰ ਗਲੀ ਆ ਚੋਂ ਨਿਕਲ ਯਾਰ, ਆਪਣਾ। ਆ ਗਏ ਮੇਰੀ ਗੱਲ ਸੁਣੋ, ਸਮਾਨ ਲੈ ਲਿਆ, ਸਭ ਕੁਝ ਲੈ ਲਿਆ ਬਸ ਕੋਈ। ਉਹ ਰਵੀ ਮੈਨੂੰ ਮੁੜ ਕੇ ਕਹਿੰਦਾ ਨਾ, ਆਂਦਾ ਭਰਾ ਆਪਾਂ ਤੇ ਕੋਲ ਲੈ ਨਹੀਂ ਪੈਸੇ, ਉਹਦਾ ਮਤਲਬ ਲਿਆ ਵਾ ਜਾਨੂੰ ਨਾ ਮਿਲੇ। ਜਾਂ ਤੈਨੂੰ ਕਹਿ ਦਿੱਤਾ ਨਾ ਇੱਕ ਵਾਰੀ ਤੇ ਕਹਿ ਦਿੱਤਾ, ਨੀਂਦ ਦੀ ਗੋਲੀ ਰੱਖੀ ਦੀ ਨਾ ਕੋਲ। ਹਾਂ ਹਾਂ ਜੇ ਉਹ ਵੀ ਚਾਹੀਦਾ ਕੋਈ ਸਮਾਨ, ਪਤਾ ਕਿਉਂ ਹੁਣ ਆਪਾਂ ਅੰਦਰ ਆ ਗਏ ਫਿਰ ਆਪਾਂ ਨਹੀਂ ਜਾਵਾਂਗੇ, ਅੱਜ ਜਵਾਨ ਨਹੀਂ ਤੁਹਾਡੇ ਨਾਲ। ਲਿਓ ਜੋ ਤੁਹਾਨੂੰ ਲੋੜ ਹੈ ਲਿਆ। ਯਾਰ ਮੇਰੇ ਕਹਿਣ ਦਾ ਮਤਲਬ ਕਿ ਟੀਕਾ ਲਾ ਕੇ ਕੰਮ ਤਮਾਮ ਹੋਣਾ ਚਾਹੀਦਾ, ਇਹੋ ਹੀ ਪਤਾ ਨਾ ਚੱਲੇ, ਠੀਕ ਹੈ ਨਹੀਂ। ਮੇਰੇ ਕਹਿਣ ਦਾ ਮਤਲਬ ਕਿ ਆਪਾਂ ਅੱਜ ਰਾਤ ਪੂਰੀ ਫਿਕਸ ਆ ਨਾ, ਗੇਮ ਲਾਉਣੀ ਆ, ਠੀਕ ਆ, ਅੱਜ ਕੰਮ ਤਮਾਮ ਕਰਨਾ ਹੀ ਆ। ਤੁਸੀਂ ਸਮਾਨ ਸਮੂਹ ਲੈ ਕੇ ਆਓ, ਹੋ ਜੇ ਪੈਸੇ ਜਦੋਂ ਆ ਜਾਓਗੇ ਨਾ ਅੰਦਰ, ਤੁਹਾਨੂੰ ਸਾਰਾ ਕੁਝ ਫਿਨਿਸ਼ ਕਰਕੇ ਭੇਜਾਂਗੇ ਤੇ ਪੈਸੇ ਦੇ ਕੇ ਭੇਜਾਂਗੇ। ਪੱਕਾ? ਹਾਂ ਪੱਕਾ ਰਿਹਾ। ਅੱਜ ਤੁਹਾਡਾ ਇਹ ਕੰਮ, ਹਸਬੰਡ ਦਾ ਤੁਹਾਡੇ ਦਾ ਕੰਮ ਹੋਏਗਾ ਹੀ ਹੋਏਗਾ, ਠੀਕ ਆ। ਸਿਆਣੇ ਕਹਿੰਦੇ ਹਨ ਜਿਸ ਦੇ ਸਿਰ ਤੇ ਇਸ਼ਕ ਦਾ ਭੂਤ ਸਵਾਰ ਹੋਵੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਅਤੇ ਆਪਣੇ ਕੀਤੇ ਵਾਅਦਿਆਂ ਮੁਤਾਬਿਕ ਕਿਸੇ ਦੀ ਵੀ ਜਾਨ ਲੈ ਸਕਦੇ ਨੇ ਅਤੇ ਆਪਣੀ ਜਾਨ ਦੇ ਸਕਦੇ ਨੇ। ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਜਿੱਥੇ ਇੱਕ ਪਤਨੀ ਆਪਣੇ ਪਤੀ ਦੀ ਹੱਤਿਆ ਕਰਨ ਜਾ ਰਹੀ ਸੀ ਅਤੇ ਪੁਲਿਸ ਆ ਗਈ। ਇਹ ਲਾਈਨ ਕਿਸੇ ਫਿਲਮ ਦੀ ਲੱਗਦੀ ਹੈ ਪਰ ਇਹ ਸੱਚੀ ਘਟਨਾ ਹੈ। ਇਹ ਸੱਚੀ ਘਟਨਾ ਅੰਮ੍ਰਿਤਸਰ ਦੇ ਕਿੰਗ ਇਨਕਲੇਵ ਤੋਂ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸਰਕਾਰੀ ਵਿਭਾਗ 'ਚ ਤਾਇਨਾਤ ਇੱਕ ਮਹਿਲਾ ਨੇ ਆਪਣੇ ਪਤੀ ਦੀ ਹੱਤਿਆ ਦੀ ਯੋਜਨਾ ਬਣਾਈ ਪਰ ਉਸਦੀ ਇਹ ਸਾਜ਼ਿਸ਼ ਨਾਕਾਮਯਾਬ ਹੋ ਗਈ। ਪਰ ਉਸਦੀ ਇਹ ਸਾਜ਼ਿਸ਼ ਕਾਮਯਾਬ ਨਹੀਂ ਹੋ ਸਕੀ। ਦਰਅਸਲ ਮਨਿੰਦਰ ਕੌਰ ਨਾਮ ਦੀ ਮਹਿਲਾ ਤੇ ਦਵਿੰਦਰ ਨਾਮ ਦੇ ਵਿਅਕਤੀ ਨਾਲ ਨਜਾਇਜ਼ ਸੰਬੰਧ ਸਨ। ਜਾਣਕਾਰੀ ਮੁਤਾਬਿਕ ਮਹਿਲਾ ਦੀ ਆਪਣੇ ਪਤੀ ਨਾਲ ਨਹੀਂ ਬਣਦੀ ਸੀ ਅਤੇ ਆਰੋਪੀ ਔਰਤ ਨੇ ਕਈ ਲੋਕਾਂ ਤੋਂ ਵਿਆਜ ਤੇ ਪੈਸੇ ਵੀ ਲਏ ਹੋਏ ਸਨ ਅਤੇ ਉਹ ਕਾਫੀ ਕਰਜ਼ਈ ਹੋ ਗਈ ਸੀ। ਪਤਨੀ ਨੇ ਆਰਥਿਕ ਤੰਗੀ ਦੇ ਚਲਦਿਆਂ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਨੂੰ ਨਸ਼ੇ ਦਾ ਟੀਕਾ ਲਗਾ ਕੇ ਮਾਰਨ ਦੀ ਯੋਜਨਾ ਬਣਾਈ ਪਰ ਉਸਦੀ ਫੋਨ ਤੇ ਹੋਈ ਆਡੀਓ ਵਾਇਰਲ ਹੋ ਗਈ। ਹੈਲੋ, ਹਾਂਜੀ ਆ ਜਾਓ, ਤੈਨੂੰ ਅੱਜ ਦੇ ਆ ਫਿਰ ਲੋਕਾਂ ਨੂੰ ਗਲੀ ਚੋਂ ਨਿਕਲ। ਯਾਰ ਆ ਗਏ ਮੇਰੀ ਗੱਲ ਸੁਣੋ, ਸਮਾਨ ਲੈ ਲਿਆ, ਸਭ ਕੁਝ ਲੈ ਲਿਆ, ਬਸ ਕੋਈ ਵੱਧ ਤੋਂ ਵੱਧ 15-20 ਮਿੰਟ ਵੇਟ ਕਰੋ, ਆ ਗਏ ਤੁਹਾਡੇ ਕੋਲ। ਪਤਾ ਕੀ ਕਰਿਓ? ਹਾਂਜੀ ਇੱਥੇ ਕਰੀ ਰੱਖ ਲਿਓ ਜਿੱਥੋਂ ਐਂਟਰੀ ਕਰੋਗੇ ਨਾ ਗੇਟ ਤੋਂ। ਯਾਰ ਕੱਲੇ ਕੱਲੇ ਆਵਾਂਗੇ। ਹਾਂ ਬਾਹਰੋਂ ਬਾਹਰੇ ਵਾਲੀ ਗਲੀ ਚੋਂ ਉੱਥੋਂ ਹੀ ਕੱਲੇ ਕੱਲੇ ਆਇਓ, ਇਹਨਾਂ ਵਿੱਚ ਪਿੱਛੋਂ ਤੁਸੀਂ ਇਕੱਠੇ ਹੋਵੋ ਤੇ ਇੱਥੇ ਘਰ ਦੇ ਲੱਗ ਜਾਓ। ਨਾ ਨਾ ਪਿੱਛੋਂ ਪਿੱਛੇ ਨਾ ਸਮਾਈਆਂ। ਵੈਸੇ ਤਾਂ ਮੈਂ ਗੇਟ ਦੇ ਵਿੱਚ ਹੀ ਖੜੀ ਆ। ਅੱਛਾ ਅੱਛਾ। ਕਿਸੇ ਨੂੰ ਸ਼ੱਕ ਨਹੀਂ ਪਏਗਾ ਤੁਸੀਂ ਅੰਦਰ ਚੋਂ ਕੋਈ ਵੜ ਜਿਓ ਤੇ ਮੈਂ ਦੇਖ ਲਵਾਂਗੀ ਬਾਹਰ ਤੋਂ ਆਉਣਾ ਤੇ ਕੌਣ ਦੇਖ ਰਿਹਾ। ਉਹ ਯਾਰ ਉਹ ਤੇ ਮੈਂ ਤੁਹਾਡੀ ਗੱਲ ਨਾ ਕਰੀ ਆ, ਪਤਾ ਹੀ ਗੱਲ ਆ ਮੇਰੇ ਕਹਿਣ ਦਾ ਮਤਲਬ ਕਿ ਆਪਾਂ ਜਿੱਥੇ ਸੀਸੀਟੀਵੀ ਕੈਮਰਾ ਹੈਗਾ ਨਾ ਉੱਥੋਂ ਥੋੜਾ ਹਟਵਾਂ ਹੀ ਆਵਾਂਗੇ। ਹਾਂ ਹਾਂ ਬਸ ਸਮਝੀਏ ਨਾ। ਹਾਂ ਚਲੋ ਠੀਕ ਆ, ਤਿਆਰੀ ਆ ਬੋਲ, ਠੀਕ ਆ, ਪੂਰੀ ਤਿਆਰੀ ਰੱਖੋ ਤੁਸੀਂ, ਕਾਫੀ ਪੀਨੇ ਆ ਕੇ, ਠੀਕ ਆ, ਕੋਈ ਨਹੀਂ ਆ ਗਿਆ, ਆ ਗਏ ਆ ਗਏ। ਹੈਲੋ, ਹਾਂਜੀ, ਮੈਂ ਕਿਹਾ ਮੇਰੀ ਗੱਲ ਸੁਣੋ, ਆਪਾਂ ਥੋੜਾ ਸਟੀਰੇਟ ਵੱਧ ਲੈ ਆਈਏ ਕਹਿੰਦੇ ਤੇ। ਹਾਂ 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 ਵੱਧ ਲੈ, ਠੀਕ ਆ, ਆਪਾਂ ਥੋੜਾ ਵੱਧ ਲੈਣ ਨੇ ਬੰਦਾ ਉਹ ਲੈਣ ਨੇ ਨਾਲ ਜਿੰਨੇ ਕਰਨਾ ਕੰਮ, ਠੀਕ ਆ। ਤੇ ਮੇਰੀ ਗੱਲ ਸੁਣੋ, ਹੁਣ ਤੁਸੀਂ ਮੈਂ ਤੁਹਾਡੇ ਭਰੋਸੇ ਜੇ ਜਵਾਨ ਤੁਹਾਡੀ ਜੇ ਹੈ ਤੁਸੀਂ ਵੇਖ ਲਓ, ਪਤਾ ਕਿਉਂ ਮੇਰੀ ਗੱਲ ਸੁਣੋ, ਉਹ ਰਵੀ ਮੈਨੂੰ ਮੁੜ ਕੇ ਕਹਿੰਦਾ ਨਾ, ਆਂਦਾ ਭਰਾ ਆਪਾਂ ਤੇ ਕੋਲ ਲੈ ਨਹੀਂ ਪੈਸੇ, ਉਹਦਾ ਮਤਲਬ ਇਹ ਵਾ ਜਾਨੂੰ ਨਾ ਮਿਲੇ। ਮੇਰੀ ਗੱਲ ਸੁਣੋ,
ਮੈਂ ਕਿਹਾ ਨੀਂਦ ਦੀਆਂ ਗੋਲੀਆਂ ਵੀ ਆਪਾਂ ਲਈ ਆਉਂਦੇ ਠੀਕ ਆ, ਨਾਲ ਸਟੀਰੋਇਡ ਵੱਧ ਲੈ ਆਉਂਦੇ ਥੋੜਾ ਜਿਹਾ, ਇੱਕ ਤਾਂ ਹੁੰਦਾ ਲਿਓ ਜੋ ਤੁਹਾਨੂੰ ਲੋੜ ਆ ਲਿਆ ਯਾਰ। ਮੇਰੇ ਕਹਿਣ ਦਾ ਮਤਲਬ ਕਿ ਟੀਕਾ ਲਾ ਕੇ ਕੰਮ ਤਮਾਮ ਹੋਣਾ ਚਾਹੀਦਾ ਇਹੋ ਹੀ ਪਤਾ ਨਾ ਚੱਲੇ ਠੀਕ ਹੈ ਨਹੀਂ। ਜੇ ਕੋਈ ਕਹੋ ਕੱਲ ਨੂੰ ਹੋਰ ਤੇ ਸਿਰਹਾਣਾ ਸਿਰਹਾਣਾ ਰੱਖਣਾ ਉਹ ਵੀ ਤੁਸੀਂ ਕਰਨਾ, ਆਪਾਂ ਨਹੀਂ ਕਰਨਾ ਕੁਛ ਵੀ, ਨਾਲ ਇਹਨਾਂ ਨੇ ਗਾਹ ਹੋਣਾ ਹੈ। ਭਾਜੀ ਕਹਿੰਦੇ ਤੇ ਮੈਂ ਆਪ ਹੀ ਰੱਖ ਦੂੰਗਾ, ਉਹ ਤੇ ਅਸੀਂ ਕਰ ਦਾਂਗੇ। ਹਾਂ ਭਾਜੀ ਵੀ ਤੇ ਕਹਿੰਦੇ ਸੀ, ਕਹਿੰਦੇ ਮੈਂ ਆਪ ਹੀ ਸਿਰਹਾਣਾ ਦੇ ਦੂੰਗਾ। ਉਹ ਕਹਿੰਦੇ ਸੀ ਤੁਹਾਨੂੰ ਫੜਾ ਦੂੰਗਾ। ਮੈਨੂੰ ਫੜਾ ਦੇਣਗੇ? ਚਲੋ ਉਹ ਤੇ ਸ਼ਰਲੇ ਵਰਗਾ ਇੰਨੀ ਮਾਣ ਹੈਗਾ, ਸ਼ਰਲਾ ਹੀ ਕਰ ਲੂਗਾ। ਮੇਰੇ ਕਹਿਣ ਦਾ ਮਤਲਬ ਕਿ ਆਪਾਂ ਅੱਜ ਰਾਤ ਪੂਰੀ ਫਿਕਸ ਆ ਨਾ ਗੇਮ ਲਾਉਣੀ ਆ। ਹਾਂ ਹਾਂ ਠੀਕ ਆ, ਅੱਜ ਕੰਮ ਤਮਾਮ ਕਰਨਾ ਹੀ ਆ। ਤੁਸੀਂ ਬਸ ਤੁਸੀਂ ਐਂਟਰੀ ਕਰੋ ਲੋਕਾਂ ਦੇ ਇਕੱਠੇ ਹੋਣ ਤੋਂ ਪਹਿਲਾਂ। ਮੇਰੀ ਇੱਕ ਗੱਲ ਸੁਣੋ, ਮੇਰੀ ਗੱਲ ਸੁਣ ਲਓ ਠੀਕ ਆ। ਜਿਹੜਾ ਲਾਉਣਾ ਉਹ 9:30-10 ਵਜੇ ਦੇ ਵਿੱਚ ਆ ਨਾ। ਹਾਂ ਉਹੀ ਤੇ ਜਿਹੜਾ ਸਾਨੂੰ ਅਸੀਂ ਸਵੇਰ ਤੱਕ ਜੇ ਹਿਸਾਬ ਨਾਲ ਅਸੀਂ ਖਬਰ ਦੇਣੀ ਹੈ। ਖਬਰ ਦੇਣੀ ਨਾ ਫਿਰ ਲਾਈਏ ਡੀਗਾ ਕੋਈ 11:30-11 ਵਜੇ ਨਾ, 11 ਵਜੇ ਨਾ ਲਾਈਏ, ਥੋੜ੍ਹਾ ਘੰਟਾ ਡੇਢ ਘੰਟਾ ਉਹਦੇ ਸਾਹ ਚੱਲਣ, ਜਾਣੀ ਕਿ ਦਿਨ ਦੇ ਚੜ੍ਹਾਉਣਾ ਹੀ 12-1 ਵਜੇ ਨਾ ਹੋਵੇ ਕੰਮ। ਫਿਰ ਅੱਜ ਫਿਰ ਕੱਲ ਵਾਲਾ ਕੰਮ ਨਾ ਹੋਏ, ਉਹ ਸਵੇਰੇ ਉੱਠ ਪਏ ਫਿਰ ਤੁਸੀਂ ਸਾਨੂੰ ਕਹੋ ਸਮਾਨ ਸਮੂਹ ਲੈ ਕੇ ਆਓ ਹਜੇ ਪੈਸੇ ਜਦੋਂ ਆ ਜਾਓਗੇ ਨਾ ਅੰਦਰ ਤੁਹਾਨੂੰ ਸਾਰਾ ਕੁਛ ਫਿਨਿਸ਼ ਕਰਕੇ ਭੇਜਾਂਗੇ ਤੇ ਪੈਸੇ ਦੇ ਕੇ ਭੇਜਾਂਗੇ ਪੱਕਾ ਬਾਹਰ। ਹਾਂ ਪੱਕਾ ਰਿਹਾ ਚੱਲ ਠੀਕ ਆ, ਆਪਾਂ ਫਿਰ ਥੋੜਾ ਵੱਧ ਲੈ ਆਈਏ ਮਤਲਬ। ਹਾਂ ਹਾਂ ਚਲੋ ਠੀਕ ਆ, ਆਪਾਂ ਥੋੜਾ ਵੱਧ ਲੈ ਆਨੇ। ਮੇਰੀ ਗੱਲ ਸੁਣੋ, ਅੱਜ ਤੁਹਾਡਾ ਇਹ ਕੰਮ ਹਸਬੰਡ ਦਾ ਤੁਹਾਡੇ ਦਾ ਕੰਮ ਹੋਏਗਾ ਹੀ ਹੋਏਗਾ ਠੀਕ ਆ। ਓਕੇ ਅਤੇ ਇਹ ਆਡੀਓ ਲੋਕ ਇਨਸਾਫ ਪਾਰਟੀ ਦੇ ਮਨਦੀਪ ਸਿੰਘ ਕੋਲ ਪਹੁੰਚ ਗਈ, ਜਿਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ। ਜਦੋਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਬਹੁਤ ਵੱਡਾ ਖੁਲਾਸਾ ਹੋਇਆ। ਜਾਣਕਾਰੀ ਦੇ ਮੁਤਾਬਿਕ ਮਹਿਲਾ ਨੇ ਘਰ 'ਚ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਮਾਰਨ ਦੀ ਪੂਰੀ ਸਾਜਿਸ਼ ਬਣਾਈ ਹੋਈ ਸੀ, ਪਰ ਪੁਲਿਸ ਦੀ ਦਬਿਸ਼ ਨੇ ਇਸ ਸਾਰੀ ਸਾਜਿਸ਼ ਨੂੰ ਨਾਕਾਮਯਾਬ ਕਰ ਦਿੱਤਾ। ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਮਹਿਲਾ ਵੱਲੋਂ ਆਪਣੇ ਪਤੀ ਨੂੰ ਮਾਰਨ ਦੀ ਸਾਜਿਸ਼ ਬਣਾਈ ਗਈ, ਪਰ ਜਿਸਦਾ ਪਹਿਲਾਂ ਹੀ ਪਰਦਾਫਾਸ਼ ਹੋ ਗਿਆ ਅਤੇ ਪਤੀ ਦੀ ਜਾਨ ਬਚ ਗਈ। ਫਿਲਹਾਲ ਪੁਲਿਸ ਨੇ ਆਰੋਪੀ ਮਹਿਲਾ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੂੰ ਆਰੋਪੀ ਦੇ ਘਰ 'ਚੋਂ 20,000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਇਹ ਰਾਤ ਨੂੰ ਬਖਸ਼ੀਸ਼ ਸਿੰਘ ਨੇ ਹਮਰਾ ਅਰਵਿੰਦਰ ਕੁਮਾਰ ਅਤੇ ਵਿਸ਼ਾਲ ਕੁਮਾਰ ਨੂੰ ਲੈ ਕੇ ਬਿਆਨ ਤਹਿਰੀਰ ਕਰਵਾਇਆ ਸੀਗਾ ਅਤੇ ਇੱਕ ਆਡੀਓ ਪੇਸ਼ ਕੀਤੀ ਸੀਗੀ ਜਿਸ ਤੋਂ ਸਰੇ ਦਸਤ ਪਾਇਆ ਗਿਆ ਕਿ ਇਹਨਾਂ ਨੇ ਜਿਹੜੀ ਬਖਸ਼ੀਸ਼ ਸਿੰਘ ਦੀ ਵਾਈਫ ਹੈ ਨਰਿੰਦਰ ਕੌਰ, ਉਹਨੇ ਆਪਣੇ ਫਰੈਂਡ ਦਵਿੰਦਰ ਸਿੰਘ ਨਾਲ ਮਿਲ ਕੇ ਅਤੇ ਆਪਣੇ ਬਖਸ਼ੀਸ਼ ਸਿੰਘ ਦਾ ਪਤੀ ਦਾ ਬਖਸ਼ੀਸ਼ ਸਿੰਘ ਦਾ ਕਤਲ ਕਰ ਦੇਣਾ, ਅਤੇ ਜਿਸ 'ਤੇ ਪੁਲਿਸ ਪਾਰਟੀ ਨੇ ਮੌਕਾ 'ਤੇ ਹਮਰਾ ਜਾ ਕੇ ਮੌਕਾ 'ਤੇ ਰੇਡ ਕਰਕੇ ਅਤੇ ਉਹਨਾਂ ਦੇ ਘਰ ਵਿੱਚੋਂ ਜੋ ਕਿ ਬਿਲਕੁਲ ਵੀ ਉਹਨਾਂ ਦੇ ਘਰ ਵਿੱਚ ਉਹਦੇ ਪਤੀ ਨੂੰ ਨਹੀਂ ਸੀ ਪਤਾ ਕਿ ਦਵਿੰਦਰ ਸਿੰਘ ਕੌਣ ਆ ਜਾਂ ਪਹਿਲਾਂ ਉਹਨੇ ਕਦੀ ਵੇਖਿਆ ਨਹੀਂ ਸੀ ਘਰ ਵਿੱਚ, ਉਹਦੇ ਘਰ ਵਿੱਚੋਂ ਪਾਇਆ ਗਿਆ ਸਮੇਤ ਉਹਦੇ ਕੋਲੋਂ ਪੈਸੇ ਬਰਾਮਦ ਹੋਏ 20,000 ਜਿਹੜੀ ਉਹਨੇ ਸੁਪਾਰੀ ਵਗੈਰਾ ਦੇਣੀ ਸੀਗੀ, ਅਤੇ ਇਸ ਸੰਬੰਧ ਵਿੱਚ ਹੁਣ ਤਫਤੀਸ਼ ਜਾ ਰਹੀ ਹੈ, ਮੁਕੱਦਮਾ ਦਰਜ ਹੋ ਗਿਆ ਹੈ। 300 ਕਾਰਵਾਈ ਹੁਣ ਚੱਲ ਰਹੀ ਹੈ ਸਾਡੀ ਤਫਤੀਸ਼ ਵਿੱਚ, ਹੁਣ ਰਿਕਾਰਡਿੰਗ ਸੁਣ ਕੇ ਉਹਦੇ ਤੋਂ ਜੋ ਜੋ ਤੱਥ ਸਾਹਮਣੇ ਆਉਣਗੇ ਅਸੀਂ ਇਨਵੈਸਟੀਗੇਸ਼ਨ ਆਪਣੀ ਕਰ ਰਹੇ ਹਾਂ। FIR ਦਰਜ ਉਸੇ ਟਾਈਮ ਕਰ ਰਹੇ ਹਾਂ। ਹਾਂਜੀ, 2 ਆਰੋਪੀ ਗ੍ਰਿਫਤਾਰ ਕੇਲਰ, ਹਾਂਜੀ 2 ਮੌਕਾ ਤੋਂ ਉਹਨਾਂ ਦੇ ਬਖਸ਼ੀਸ਼ ਸਿੰਘ ਦੇ ਘਰ ਵਿੱਚੋਂ ਬਰਾਮਦ। A1 ਪੰਜਾਬੀ TV ਲਈ ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ।